ਸਾੜਿਆਂ ਨੂੰ ਪਿਆੜਿ ਪੜੀ ਸਸੀ ਕਲ ਅੱਜ ਤਾਂ ਮੇਰਾ ਬੋਲਣ ਦਾ ਵਿਸ਼ਾ ਹੈ ਕਿ ਅਸੀਂ ਕਾਇਦੇ ਨੂਰ ਨੂੰ ਕਿਵੇਂ ਪ੍ਰੋਮੋਟ ਕਰਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਇਦੇ ਨੂਰ ਨੂੰ ਲੋਕਾਂ ਵਿੱਚ ਲਿਆਂਦਾ ਸੀ ਤਾਂ ਜਿਹੜਾ ਬੰਦਾ ਕਾਇਦੇ ਨੂਰ ਤੋਂ ਬਾਅਦ ਕਾਇਦੇ ਨੂਰ ਨੂੰ ਅਪਣਾਉਣ ਤੋਂ ਬਾਅਦ ਲਿਖਣ ਤੇ ਪੜਨ ਦੇ ਕਾਬਿਲ ਹੋ ਜਾਂਦਾ ਸੀ ਉਸ ਨੂੰ ਇੱਕ ਸੋਨੇ ਦੀ ਮੋਹਰ ਇਨਾਮ ਵਜੋਂ ਦਿੱਤੀ ਜਾਂਦੀ ਸੀ ਉਹ ਇੱਕ ਤਰ੍ਹਾਂ ਦੇ ਇਨਕਰੇਜਮੈਂਟ ਸੀ ਕਿ ਲੋਕ ਲਾਲਚ ਵਿੱਚ ਆ ਕੇ ਕਾਇਦੇ ਨੂਰ ਦੇ ਕਨਸੈਪਟ ਨੂੰ ਅਪਣਾਉਣ ਉਹ ਪੜ੍ਹਨ ਲਿਖਣ ਜੋਗੇ ਹੋ ਜਾਣ ਸੇਮ ਉਸੇ ਤਰ੍ਹਾਂ ਮੈਂ ਅੱਜ ਆਪਣੇ ਵਿਚਾਰ ਦੇਣ ਜਾ ਰਹੀ ਹਾਂ ਕਿ ਅਸੀਂ ਕਿਵੇਂ ਕਾਇਦੇ ਨੂਰ ਨੂੰ ਪ੍ਰਮੋਟ ਕਰ ਸਕਦੇ ਹਾਂ ਮੇਰੀ ਰਿਸਰਚ ਤੇ ਐਕਸਪੀਰੀਅੰਸ ਦੇ ਅਕੋਰਡਿੰਗ ਸਾਡੀ ਕਾਇਦੇ ਨੂਰ ਨੂੰ ਕਾਇਦੇ ਨੂਰ ਦੀ ਮੇਨ ਜਿਹੜੀ ਟਾਰਗੇਟ ਮਾਰਕੀਟ ਹੋਊਗੀ ਉਹ ਹੋਊਗੀ ਬਾਹਰਲੇ ਦੇਸ਼ਾਂ ਦੇ ਪੰਜਾਬੀ ਸੇਮ ਇਵੇਂ ਕਿ ਆਸਟ੍ਰੇਲੀਆ ਦੇ ਇੱਕ ਜਿਹੜੀ ਕਰੰਟ ਰਿਸਰਚ ਹੋਈ ਆ ਉਹਦੇ ਅਕੋਰਡਿੰਗ ਕੀ ਹੈ ਕਿ 89% ਜਿਹੜੇ ਪੰਜਾਬੀ ਮਾਪੇ ਆ ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਪੰਜਾਬੀ ਬੋਲਣ ਤੇ ਲਿਖਣ ਪਰ ਸਾਰਿਆਂ ਨੂੰ ਪੰਜਾਬੀ ਸਕੂਲ ਦੀ ਅਸੈਸ ਨਹੀਂ ਹੈਗੀ ਪੇਰੈਂਟਸ ਕੋ ਟਾਈਮ ਨਹੀਂ ਹੈਗਾ ਕਿ ਆਪਣੇ ਬੱਚਾ ਨੂੰ ਉਹ ਪੰਜਾਬੀ ਪੜ੍ਹਨ ਜਾਂ ਲਿਖਣ ਭੇਜਣ ਜਾਂ ਉਹ ਘਰੇ ਪੜ੍ਹਾ ਸਕਣ ਸੋ ਸਾਡਾ ਮੇਨ ਟਾਰਗੇਟ ਹੋਊਗਾ ਕਿ ਬਾਹਰਲੇ ਹਰ ਇੱਕ ਪੰਜਾਬੀ ਤੱਕ ਕਾਇਦੇ ਨੂਰ ਨੂੰ ਪਹੁੰਚਾਉਣਾ ਤੋ ਹੁਣ ਅਸੀਂ ਖਾਇਦੇ ਨੂੰ ਨੂੰ ਕਿਵੇਂ ਪਹਚਾ ਸਕਦੇ ਆ ਬਾਹਰਲੇ ਦੇਸ਼ਾਂ ਤੱਕ ਸਭ ਤੋਂ ਜਿਹੜਾ ਹੈਗਾ ਵਾ ਕਿ ਅੱਜ ਕੱਲ ਦਾ ਜਿਹੜਾ ਸਭ ਤੋਂ ਸਟਰੋਂਗ ਜਿਹੜਾ ਪ੍ਰੋਮੋਸ਼ਨ ਟੂਲ ਆ ਉਹ ਹੈਗਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਜੇ ਮੈਂ ਗੱਲ ਕਰਨਾ ਫੇਸਬੁੱਕ ਹੋ ਗਿਆ ਇਨਸਟਾ ਹੋ ਗਿਆ ਜਾਂ ਟਵਿੱਟਰ ਹੋ ਗਿਆ ਈਵਨ ਟਿਕਟੌਕ ਜੇ ਆਪਾਂ ਜਦੋਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨਾ ਤਾਂ ਅਸੀਂ ਸ਼ਾਰਟ ਵੀਡੀਓਜ਼ ਬਣਾਵਾਂਗੇ ਜਿਹੜੀਆਂ 1 ਮਿੰਟ ਦੇ ਅੰਦਰ ਹੋਣਗੀਆਂ ਔਰ ਉਹਦੇ ਵਿੱਚ ਅਸੀਂ ਸਾਰਾ ਕਾਇਦੇ ਨੂਰ ਦਾ ਕੰਟੈਂਟ ਜਿਹੜਾ ਵਾ ਉਹ ਦੱਸਾਂਗੇ ਐਕਸਪਲੇਨ ਕਰਾਂਗੇ ਕਿ ਇਹਦੇ ਵਿੱਚ ਅਸੀਂ ਕੀ ਲੈ ਕੇ ਆ ਰਹੇ ਹਾਂ ਕਿਵੇਂ ਤੁਹਾਡੇ ਬੱਚੇ ਜਿਹੜੇ ਆ ਸ਼ਾ ਮੁਖੀ ਸਿੱਖ ਸਕਦੇ ਆ ਜਾਂ ਪੰਜਾਬੀ ਬੋਲਣੀ ਲਿਖਣੀ ਇੱਕੋ ਕਿਤਾਬ ਤੋਂ ਸਿੱਖ ਸਕਦੇ ਆ ਔਰ ਜਿਹੜੀਆਂ ਉਹ ਸ਼ਾਰਟ ਵੀਡੀਓਜ਼ ਹੋਣੀਆਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪ੍ਰੋਮਿਨੈਂਟ ਫੇਸਸ ਆ ਜਾਂ ਜਿਹੜੀਆਂ ਸੈਲੀਬ੍ਰਿਟੀ ਫੇਸ ਆ ਜਿਹੜੇ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਕਿ ਅਸੀਂ ਉਹਨਾਂ ਕੋਲੋਂ ਵੀ ਉਹ ਵੀਡੀਓਜ਼ ਬਣਾਈਏ ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਫੈਨ ਫੋਲੋਇੰਗ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਨੇਚਰਲੀ ਜੇ ਇੱਕ ਜਿਹੜਾ ਸੈਲੀਬ੍ਰਿਟੀ ਆ ਜਾਂ ਕੋਈ ਪੰਜਾਬੀ ਦਾ ਕੋਈ ਸਿੰਗਰ ਵੀ ਆ ਜੇ ਉਹਦੇ 2 ਲੱਖ ਤੇ 3 ਲੱਖ ਜਾਂ 50 ਲੱਖ ਫਾਲੋਅਰਸ ਹੈ ਗਿਆ ਤਾਂ ਸਾਡਾ ਜਿਹੜਾ ਕਾਇਦੇ ਨੂਰ ਆ ਉਹਨਾਂ ਤੱਕ ਡਾਇਰੈਕਟ ਉਹਨਾਂ 50 ਜਿਹੜੇ ਲੱਖ ਲੋਕਾਂ ਦਾ ਕਪ ਪਹੁੰਚੂਗਾ। ਤੇ ਸੇਮ ਜਿਹੜਾ ਸੈਕਿੰਡ ਕੀ ਹੋਊਗਾ ਕਿ ਅਸੀਂ ਜਿਹੜੀਆਂ ਬਾਹਰੀਆਂ ਦੇਸ਼ਾਂ ਦੀਆਂ ਆਰਗੇਨਾਈਜੇਸ਼ਨ ਨੇ ਪੰਜਾਬੀ ਕਮਿਊਨਿਟੀ ਆਰਗੇਨਾਈਜੇਸ਼ਨ ਨੇ ਉਹਨਾਂ ਨਾਲ ਰابطਾ ਕਰੀਗੇ। ਉਹਨਾਂ ਨਾਲ ਗੱਲਬਾਤ ਕਰੀਏ ਕਿ ਹਾਂਜੀ ਅਸੀਂ ਆਪਣਾ ਕਾਇਦੇ ਨੂਰ ਲੈ ਕੇ ਆ ਰਹੇ ਹਾਂ ਸਾਡਾ ਆਹ ਕਨਸੈਪਟ ਆ ਤੁਸੀਂ ਸਾਡੀ ਹੈਲਪ ਕਰੋ ਕਿ ਇਹਨੂੰ ਪ੍ਰਮੋਟ ਕਰਨ ਦੇ ਵਿੱਚ। ਔਰ ਮੋਸਟਲੀ ਜਿਹੜੀਆਂ ਪੰਜਾਬੀ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦੇ ਨਾਲ ਬਹੁਤ ਸਾਰੇ ਪੰਜਾਬੀ ਜੁੜੇ ਹੁੰਦੇ ਨੇ। ਕਿਉਂਕਿ ਸਪੋਸ ਜਿਸ ਤਰ੍ਹਾਂ ਕਿ ਮੇਰੀ ਆਰਗੇਨਾਈਜੇਸ਼ਨ ਆ ਉਹਦੇ ਨਾਲ ਬਹੁਤ ਸਾਰੀਆਂ ਫੈਮਲੀਆਂ 'ਚ ਬੱਚੇ ਜੁੜੇ ਨੇ ਤੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਇੱਕ ਨਵਾਂ ਕਨਸੈਪਟ ਆਇਆ ਆ ਬੁੱਕ ਆ ਇਹ ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਆ ਜਾਂ ਸਾਡੇ ਜਿਹੜੇ ਅਡਲਟਸ ਲਈ ਜ਼ਰੂਰੀ ਆ ਤੇ ਤੁਸੀਂ ਇਹਨੂੰ ਕਿਵੇਂ ਖਰੀਦਣਾ ਇਤੋਂ ਇਲਾਵਾ ਜਿੰਨੇ ਵੀ ਬਾਹਰਲੇ ਦੇਸ਼ਾਂ ਦੇ ਪੰਜਾਬੀ ਰੇਡੀਓਸ ਨੇ ਅਸੀਂ ਉੱਥੇ ਜਾਈਏ ਆਪਣੇ ਇੰਟਰਵਿਊਸ ਕਰੀਏ ਉਹਨਾਂ ਨਾਲ ਗੱਲਬਾਤ ਕਰੀਏ ਔਰ ਉਤੋਂ ਇਲਾਵਾ ਜਿਹੜਾ ਸਭ ਤੋਂ ਜਾਦਾ ਇੰਪੋਰਟੈਂਟ ਆ ਜਿਹੜੇ ਬਾਹਰਲੇ ਦੇਸ਼ਾਂ ਦੇ ਪੰਜਾਬੀ ਸਕੂਲ ਕਿਉਂ ਨਾ ਅਸੀਂ ਇੱਕ ਕਿਤਾਬ ਉਹਨਾਂ ਸਕੂਲਾਂ ਦੇ ਵਿੱਚ ਭੇਜੀਏ ਔਰ ਜੇ ਇੱਕ ਸਕੂਲ ਦੇ ਵਿੱਚ 60 ਬੱਚੇ ਆ ਤਾਂ ਡੈਫੀਨੇਟਲੀ ਉੱਥੇ ਸਾਡੀਆਂ ਇੱਕ ਸਕੂਲ ਦੇ ਵਿੱਚ ਪੰਜਾਬ ਬੁੱਕਸ ਜਾ ਰਹੀਆਂ ਅਰੇ ਕੋਈ ਵੀ ਬਾਹਰਲਾ ਜਿਹੜਾ ਪੇਰੈਂਟਸ ਆ ਹਰ ਬਾਹਰਲੇ ਪੇਰੈਂਟਸ ਨੂੰ ਇਹੋ ਹੀ ਹੋਊਗਾ ਕਿ ਬਹੁਤ ਈਜ਼ੀ ਕਨਸੈਪਟ ਆ ਸਾਡੇ ਬੱਚੇ ਈਜ਼ਲੀ ਸਿੱਖ ਸਕਦੇ ਆ ਕਿਉਂ ਨਾ ਇਹਨੂੰ ਅਸੀਂ ਖਰੀਦਿਆ ਜਾਵੇ ਔਰ ਜਿੰਨੀਆਂ ਵੀ ਅਸੀਂ ਵੀਡੀਓਜ਼ ਬਣਾਈਆਂ ਜਾਂ ਕਲਿੱਪਸ ਬਣਾਈਆਂ ਸੋਸ਼ਲ ਮੀਡੀਆ ਲਈ ਉਹ ਕਟੋ-ਕਟ ਜਿਹੜੀਆਂ ਵਾਂ 1 ਮਿੰਟ ਦੀ ਹੀ ਹੋਣ ਜਾਂ ਇਸ ਤੋਂ ਵੱਧ ਨਾ ਹੋਣ ਜਾਂ 30 ਸੈਕਿੰਡ ਨੇ ਹੁਣ ਜਿੰਨੀਆਂ ਵੀ ਛੋਟੀਆਂ ਵੀਡੀਓਜ਼ ਹੋਣੀਆਂ ਉਹਨੀਆਂ ਜ਼ਿਆਦਾ ਜਿਹੜੀਆਂ ਸ਼ੇਅਰ ਜ਼ਿਆਦਾ ਹੋਣਗੀਆਂ ਕਿਉਂਕਿ ਛੋਟਾ ਤੇ ਕਲੀਅਰ ਕਨਸੈਪਟ ਹੋਊਗਾ ਔਰ ਹਾਂ ਜਦੋਂ ਆਪਾਂ ਲੰਬੀ ਵੀਡੀਓ ਬਣਾਉਣੀ ਆ ਹਰ ਇੱਕ ਨੂੰ ਲੱਗਦਾ ਕਿ ਹਾਂ ਬਹੁਤ ਲੰਬੀ ਵੀਡੀਓ ਆ ਤੇ ਅਸੀਂ ਇਹਨੂੰ ਛੱਡੋ ਪਰੇ ਕੀ ਦੇਖਣਾ ਕਿ ਜੇ ਸਟਾਰਟਿੰਗ ਦੇ ਵਿੱਚ ਅਸੀਂ ਕਨਸੈਪਟ ਕਲੀਅਰ ਕਰ ਦਈਏ ਹਾਂਜੀ ਜੀ ਅਸੀਂ ਇਸ ਕਾਇਦੇ ਨੂਰ ਬਾਰੇ ਗੱਲ ਕਰਦੇ ਆ ਇਹਦਾ ਕਨਸੈਪਟ ਆ ਤੇ ਨੇਚਰਲੀ ਉਹ ਜਿਹੜੀ ਵੀਡੀਓ ਆ ਬਹੁਤ سارے ਲੋਕਾਂ ਤੱਕ ਪਹੁੰਚੂਗੀ ਔਰ ਬਾਹਰਲੇ ਦੇਸ਼ਾਂ ਤੋਂ ਇਲਾਵਾ ਜੇ ਅਸੀਂ ਇੰਡੀਆ ਦੇ ਵਿੱਚ ਇਹਨੂੰ ਪ੍ਰੋਮੋਟ ਕਰਦੇ ਹਾਂ ਤੇ ਇੰਡੀਆ ਦੇ ਵਿੱਚ ਦੀ ਮਾਰਕੀਟ ਜਿਹੜੀ ਉਹ ਡਿਫਰ ਵੇ ਨਾਲ ਸਾਨੂੰ ਅਪਰੋਚ ਕਰਨਾ ਪਊਗਾ ਲੋਕਾਂ ਨੂੰ ਜਾਂ ਜਿਹੜੀ ਸਾਡੀ ਡਿਫਰ ਅਪਰੋਚ ਹੋਊਗੀ ਇਹਨੂੰ ਪ੍ਰੋਮੋਸ਼ਨ ਦੀ ਵੀ ਡਿਫਰੈਂਟ ਅਪਰੋਚ ਹੋਊਗੀ ਜਿਹੜੇ ਉੱਥੇ ਬਜ਼ੁਰਗ ਨੇ ਮੋਸਟਲੀ ਬਜ਼ੁਰਗ ਚਾਹੇ ਉਹਨੂੰ ਪੜਨ ਕਾਇਦੇ ਨੂੰ ਨੂੰ ਜਾਣਾ ਪਰ ਉਹ ਖਰੀਦਣਗੇ ਜ਼ਰੂਰ ਜਾਂ ਉਹ ਆਪਣੇ ਕੋਲ ਰੱਖਣਗੇ ਜ਼ਰੂਰ ਉਹਦਾ ਰੀਜ਼ਨ ਕੀ ਹੋਗਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹਨਾਂ ਦਾ ਇੱਕ ਬੜਾ ਮਨਪਸੰਦ ਦਾ ਰਾਜਾ ਸੀ ਔਰ ਹਰ ਇੱਕ ਨੂੰ ਹੋਊਗਾ ਕਿ ਕਾਇਦੇ ਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਸੀ ਕਿ ਉਹਨਾਂ ਇਹਨੂੰ ਆਪਣੇ ਘਰੇ ਰੱਖਿਆ ਜਾਵੇ ਔਰ ਆਪਾਂ ਨੂੰ ਇਸ ਕਾਇਦੇ ਨੂਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਨਾਲ ਵੀ ਪ੍ਰਮੋਟ ਕਰਨਾ ਪੈਣਾ ਕਿ ਹਾਂਜੀ ਇਹ ਉਹਨਾਂ ਦਾ ਕਨਸੈਪਟ ਸੀ ਅਸੀਂ ਉਸੇ ਕਨਸੈਪਟ ਨੂੰ ਅੱਜ ਦੇ ਤੌਰ ਤਰੀਕਿਆਂ ਦੇ ਨਾਲ ਅੱਗੇ ਲੈ ਕੇ ਆ ਰਹੇ ਹਾਂ ਔਰ ਜਿਹੜੇ ਪੰਜਾਬ ਦੇ ਪੇਰੈਂਟਸ ਆ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਜਿਹੜੇ ਆ ਹੁਣ ਪੰਜਾਬੀ ਸਿੱਖਣ ਕਿ ਉੱਥੇ ਇੰਗਲਿਸ਼ ਦਾ ਰੁਝਾਨ ਜ਼ਿਆਦਾ ਹਰ ਬੱਚਾ ਚਾਹੁੰਦਾ ਕਿ ਉਹ ਬਾਰਲੇ ਦੇਸ਼ ਚ ਜਾਵੇ ਔਰ ਦੂਸਰੀ ਗੱਲ ਹੈ ਕਿ ਉੱਥੇ ਪੰਜਾਬੀ ਦੇ ਸਕੂਲਾਂ ਦੇ ਵਿੱਚ ਟੈਕਸਟ ਬੁੱਕ ਆ ਜਾਂ ਹੋਰ ਬੁੱਕਸ ਬਹੁਤ ਅਵੇਲੇਬਲ ਆ ਬੱਚੇ ਉੱਥੇ ਪੰਜਾਬੀ ਠੇਠ ਬੋਲ ਸਕਦੇ ਆ ਉਹਨਾਂ ਨੂੰ ਘਰੇ ਪੰਜਾਬੀ ਬੋਲੀ ਜਾਂਦੀ ਆ ਤਾਂ ਉੱਥੇ ਸਾਡਾ ਜਿਹੜਾ ਕਨਸੈਪਟ ਡਿਫਰ ਹੋਊਗਾ ਕਿ ਹਾਂਜੀ ਪੰਜਾਬੀ ਜਿਹੜੀ ਆ ਇਹ ਜਿਹੜਾ ਸਾਡਾ ਪੰਜਾਬੀ ਪੜ੍ਹਨੀ ਕਿਉਂ ਜ਼ਰੂਰੀ ਆ ਤੇ ਸਾਡਾ ਜਿਹੜਾ ਕਾਇਦੇ ਨੂਰ ਆ ਬਾਕੀ ਕਿਤਾਬਾਂ ਨਾਲੋਂ ਕਿਉਂ ਖਾਸ ਆ ਇਹਦੇ ਵਿੱਚ ਖਾਸੀਅਤ ਕੀ ਆ ਕਿ ਬਾਕੀ ਬੁੱਕਸ ਛੱਡ ਕੇ ਜਾਂ ਬਾਕੀ ਪੰਜਾਬ ਦੇ ਜਿਹੜੇ ਰਾਈਟਰਸ ਆ ਬੁੱਕਸ ਛੱਡ ਕੇ ਤੁਸੀਂ ਇਹਨੂੰ ਖਰੀਦੋ ਉੱਥੇ ਸਾਨੂੰ ਜਿਹੜੀ ਸਾਡੇ ਕਾਇਦੇ ਨੂਰ ਦੀ ਜਿਹੜੀ ਵਿਸ਼ੇਸ਼ਤਾ ਵਾ ਜਾਂ ਜਿਹੜਾ ਸਾਡਾ ਮੇਨ ਮੋਟਿਵ ਆ ਜਾਂ ਸਾਡਾ ਕਨਸੈਪਟ ਆ ਉਹ ਸਾਨੂੰ ਲੋਕਾਂ ਸਾਹਮਣੇ ਲਿਆਉਣਾ ਪਊਗਾ ਹਾਂਜੀ ਅੱਜ ਇੰਨੇ ਨਾਲ ਹੀ ਮੈਂ ਇੱਥੇ ਆਪਣਾ ਖਤਮ ਕਰਦੀ